ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਕੈਲ ਦੁਸਾਂਝ ਨਾਲ, ਜਿਹੜੇ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਕਿਡਸ ਪਲੇ ਨਾਂ ਦੀ ਸੰਸਥਾ ਜਦੋਂ ਕਾਇਮ ਕੀਤੀ ਗਈ ਇਹਨਾਂ ਵੱਲੋਂ, ਤਾਂ ਮਕਸਦ ਸੀ ਕਿ ਜਿਹੜੇ ਉਹ ਬੱਚੇ ਜਿਹਨਾਂ ਨੂੰ ਕਿ ਓਪਰਚੁਨਿਟੀਜ਼ ਨਹੀਂ ਮਿਲਦੀਆਂ ਇੱਕ ਸਹੀ ਰਸਤਾ ਵਿਖਾਉਣ ਲਈ, ਉਸ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤਾ ਹੈ ਥਰੂ ਸਪੋਰਟਸ, ਥਰੂ ਸਕੂਲਸ ਵਿੱਚ ਜਾ ਕੇ, ਥਰੂ ਫੋਰਮਸ, ਕਿ ਬੱਚੇ ਜਿਹੜੇ ਸਾਡੇ ਨੇ ਉਹ ਸਹੀ ਰਸਤੇ 'ਤੇ ਤੁਰ ਸਕਣ। ਇਸੇ ਦੇ ਤਹਿਤ ਹਰ ਸਾਲ ਇਹਨਾਂ ਵੱਲੋਂ ਬਹੁਤ ਸਾਰੇ ਪ੍ਰੋਗਰਾਮਸ ਆਯੋਜਨ ਕੀਤਾ ਜਾਂਦਾ ਹੈ। ਆਓ ਇਸ ਸੰਬੰਧ ਵਿੱਚ ਕੁਝ ਜਾਣਕਾਰੀ ਲੈਂਦੇ ਹਾਂ ਕੈਲ ਦੁਸਾਂਝ ਤੋਂ। ਕੈਲ, ਵੈਲਕਮ ਟੂ ਦ ਪ੍ਰੋਗਰਾਮ। ਹਰਪ੍ਰੀਤ ਭਾਅ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਅਗੇਨ, ਵੈਲਕਮ। ਸੋ ਕੈਲ, ਕਿਡਸ ਪਲੇ ਜਦੋਂ ਬਣੀ ਸੀ, ਇਹ ਆਈਡੀਆ ਨਹੀਂ ਸੀ ਕਿ ਇਸ ਮੁਕਾਮ ਤੱਕ ਪਹੁੰਚੇਗੀ, ਬਟ ਕਮਿਊਨਿਟੀ ਦੀ ਸਪੋਰਟ, ਤੁਹਾਡੀ ਸਾਰਿਆਂ ਦੀ ਡੈਡੀਕੇਸ਼ਨ ਅੱਜ ਦਿਖਾ ਰਹੀ ਹੈ, ਰੰਗ ਲਿਆ ਰਹੀ ਹੈ ਕਿ ਬੱਚੇ ਸਾਡੇ ਜਿਹੜੇ ਨੇ ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ, ਵੱਖਰੀਆਂ ਓਪਰਚੁਨਿਟੀਜ਼ ਮਿਲ ਰਹੀਆਂ ਜਿਹਦੇ ਨਾਲ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜੁੜ ਰਹੇ ਨੇ, ਇੱਕ ਸਹੀ ਰਸਤਾ ਜਿਹੜਾ ਹੈਗਾ ਉਸ 'ਤੇ ਤੁਰ ਰਹੇ ਨੇ। ਡਰ ਇਹ ਹੈ ਕਿ ਬੱਚੇ ਸਾਡੇ ਇੱਥੇ ਜਿੱਥੇ ਮਾਂ ਬਾਪ ਬਹੁਤ ਮਸਰੂਫ ਨੇ, ਉਹਨਾਂ ਨੂੰ ਕਿਸ ਤਰ੍ਹਾਂ ਸਹੀ ਗਾਈਡ ਕਰਨ, ਪਰ ਕਿਡਸ ਪਲੇ ਇੱਕ ਅਲਟਰਨੇਟਿਵ ਵਜੋਂ ਸਾਹਮਣੇ ਆਇਆ, ਜਿਹਦੇ ਤਹਿਤ ਤੁਸੀਂ ਉਹਨਾਂ ਨੂੰ ਸਪੋਰਟਸ ਦੇ ਰਾਹੀਂ, ਫੋਰਮਸ ਦੇ ਰਾਹੀਂ, ਐਂਟੀ ਗੈਂਗ ਜਿਹੜਾ ਇੱਕ ਸੋਚ ਹੈਗੀ ਹੈ ਉਹ ਉਹਨਾਂ 'ਚ ਪਾ ਰਹੇ ਹੋ ਕਿ ਇਹ ਚੀਜ਼ਾਂ ਤੋਂ ਬਚਿਆ ਜਾਵੇ। ਵਾਟ ਹੈਜ਼ ਬੀਨ ਯੋਰ ਐਕਸਪੀਰੀਅੰਸ ਸੋ ਫਾਰ ਵਿਦ ਕਿਡਸ ਪਲੇ? ਦੇਖੋ ਭਾਈ, ਮੈਨੂੰ ਹੁਣ ਤਕਰੀਬਨ 19 ਸਾਲ ਹੋ ਗਏ ਵੈਨਕੂਵਰ ਪੁਲਿਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੂੰ, ਅਤੇ ਹੁਣ ਤਾਂ ਪਿਛਲੇ 4-5 ਸਾਲ ਮੈਂ, ਮੇਰੀ ਅੰਦਰਲੀ ਡਿਊਟੀ ਹੈ, ਮੈਂ ਡਿਟੈਕਟਿਵ ਹਾਂ ਫਾਈਨੈਂਸ਼ੀਅਲ ਕ੍ਰਾਈਮ ਯੂਨਿਟ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮੈਨੂੰ ਤਕਰੀਬਨ 14 ਸਾਲ ਹੋ ਗਏ ਸੀ ਸੜਕਾਂ 'ਤੇ ਜੀ, ਅਤੇ ਜਿਹੜੇ ਸੜਕਾਂ ਤਾਂ 'ਤੇ ਟਾਈਮ ਲਗਾਇਆ ਉਹਦੇ ਵਿੱਚੋਂ 9 ਸਾਲ ਮੈਂ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਲਗਾਏ। ਹੁਣ ਡਾਊਨ, ਤੁਸੀਂ ਮੇਰਾ ਯਕੀਨ ਕਰਿਓ ਕਿ ਜਿਹੜੀ ਤੁਹਾਡੀ ਵੀਡੀਓ ਆ, ਜਦ ਤੁਸੀਂ ਮੈਂ ਆਏ ਸੀ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ, ਉਹ ਸਾਰਿਆਂ ਨੇ ਦੇਖੀ ਹੋਈ ਹੈ। ਅਤੇ ਉਹ ਕਹਿੰਦੇ ਆ ਕਿ ਸਾਨੂੰ ਅਸਲੀ ਜਾਗ ਉਸ ਸਮੇਂ ਆਈ ਜਦ ਅਸੀਂ ਦੇਖਿਆ ਕਿ ਦੁਨੀਆ ਦੀ ਸੱਚਾਈ ਅਤੇ ਹਕੀਕਤ ਕੀ ਆ, ਕਿ ਇਹ ਗੱਲਾਂ ਹੁੰਦੀਆਂ ਆ, ਰਾਈਟ, ਕਿ ਡਰੱਗ ਯੂਜ਼ਰ ਛੋਟੀ ਉਮਰ ਤੋਂ ਹੀ ਡਰੱਗ ਯੂਜ਼ ਕਰਨ ਲੱਗ ਪੈਂਦੇ ਆ ਜਾਂ ਉਸ ਲਾਈਫ ਸਟਾਈਲ ਵਿੱਚ ਪੈ ਜਾਂਦੇ ਆ, ਉੱਥੇ ਵਾਇਲੈਂਸ ਆ, ਅਸੋਲਟਸ ਆ, ਕਿਡਨੈਪਿੰਗਸ ਆ। ਅਤੇ ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਕਾਫੀ ਸੱਟ ਵੱਜੀ ਆ ਇਸ ਗੱਲ ਦੀ, ਸੱਟ ਇਸ ਤਰ੍ਹਾਂ ਕਿਉਂਕਿ ਮੈਂ ਆਪਣੇ ਆਪ ਨੂੰ ਇਹੀ ਸੋਚਿਆ ਕਿ ਅਸੀਂ ਇਹ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਤਾਂ ਜੇਲ੍ਹ ਭੇਜ ਦੀਦਾ ਆ, ਪਰ ਇਹਨਾਂ ਦਾ ਮਗਰੋਂ ਕੀ ਹਾਲ ਬਣਦਾ, ਰਾਈਟ? ਕਹਿਣ ਦਾ ਮਤਲਬ ਫਿਰ ਉਸੀ ਚੱਕਰ ਦੇ ਵਿੱਚ ਸਾਰੀ ਉਮਰ ਖੂਹ ਦੇ ਡੱਡੂ ਬਿਲਕੁਲ, ਰਾਈਟ? ਸੋ ਮੈਨੂੰ ਇਹੀ ਸੀ ਕਿ ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਕਿ ਆਪਣੀ ਸੋਚ ਉੱਚੀ ਹੋਣੀ ਚਾਹੀਦੀ ਆ, ਅਤੇ ਆਪਣਾ ਫਰਜ਼ ਵੀ ਬਣਦਾ ਆ ਸੋਸ਼ਲੀ ਅਤੇ ਮੋਰਲੀ ਕਿ ਅਸੀਂ ਇਸ ਬੱਚਿਆਂ ਵਾਸਤੇ ਕੁਛ ਕਰੀਏ। ਸੋ ਉਸ ਸਮੇਂ ਮੈਂ ਇੱਕ ਛੋਟਾ ਜਿਹਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਟ੍ਰੈਥਕੋਨਾ ਪਾਰਕ। ਸਟ੍ਰੈਥਕੋਨਾ ਪਾਰਕ ਉੱਥੇ ਬਿਲਕੁਲ ਡਾਊਨ ਟਾਊਨ ਇਸ ਸਾਈਡ ਦੇ ਕੋਲ ਇੱਕ ਛੋਟੀ ਜਿਹੀ ਪਾਰਕ ਆ, ਅਤੇ ਉਸ ਏਰੀਆ ਦੇ ਜਿਹੜੇ ਬੱਚੇ ਆ, ਹੁਣ ਅੱਜ ਮੈਂ ਕਈ ਐਕਡੈਮਿਕ ਰੀਸਰਚ ਕੀਤੀ ਹੋਈ ਇਸ ਗੱਲ ਬਾਰੇ, ਅੱਖੀ ਵੀ ਦੇਖਿਆ ਹੋਇਆ ਆ ਕਿ ਜਿਹੜੇ ਬੱਚੇ ਉਸ ਏਰੀਆ ਦੇ ਵਿੱਚੋਂ ਆਉਂਦੇ ਆ, ਕਹਿਣ ਦਾ ਮਤਲਬ ਆ ਕਿ ਵੈਲਫੇਅਰ ਫੈਮਿਲੀਜ਼ ਆ, ਜਾਂ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਵਾਸਤੇ ਜਾਂ ਸਪੋਰਟਸ ਵਾਸਤੇ, ਉਹ ਬੱਚੇ ਇਸ ਰਾਸ 'ਤੇ ਪੈ ਜਾਂਦੇ ਆ, ਰਾਈਟ? ਕਿਉਂਕਿ ਉਹਨਾਂ ਦੇ ਆਲੇ ਦੁਆਲੇ ਸਿਰਫ ਨੈਗੇਟਿਵ ਇਨਫਲੂਐਂਸ ਹੀ ਹੁੰਦਾ, ਕੋਈ ਪੋਜ਼ਿਟਿਵ ਇਨਫਲੂਐਂਸ ਹੁੰਦਾ ਹੀ ਨਹੀਂ, ਨਾ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਕੋਈ ਗਾਈਡੈਂਸ ਦੇ ਸਕਦਾ ਜਾਂ ਮੈਟਰਿੰਗ ਉਹਨਾਂ ਦੀ ਕਰ ਸਕਦਾ ਹਾਂ। ਸੋ ਮੈਂ ਇਹੀ ਸੋਚਿਆ ਸੀ ਕਿ ਕਿਉਂ ਨਾ ਹੋਵੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਇੱਕ ਮੌਕਾ ਦਿੱਤਾ ਜਾਵੇ, ਰਾਈਟ, ਇਹਨਾਂ ਦਾ ਫੁੱਲ ਪੋਟੈਂਸ਼ੀਅਲ ਐਕਸਪਲੋਰ ਕਰਨ ਵਾਸਤੇ। ਸੋ ਉਸ ਸਮੇਂ ਅਸੀਂ ਇਹ ਪ੍ਰੋਗਰਾਮ ਛੋਟਾ ਜਿਹਾ ਸ਼ੁਰੂ ਕੀਤਾ ਸੀ, ਤਕਰੀਬਨ 150 ਬੱਚਾ ਉੱਥੇ ਪਹੁੰਚਿਆ ਹੋਇਆ ਸੀ ਸਟ੍ਰੈਥਕੋਨਾ ਪਾਰਕ ਦੇ ਵਿੱਚ। ਇੱਕ ਦਿਨ ਦਾ ਸੌਕਰ ਟੂਰਨਾਮੈਂਟ ਸੀ, ਅਤੇ ਉੱਦਣ ਬੱਚੇ ਪਹੁੰਚੇ, ਅਤੇ ਅਸੀਂ ਉਹਨਾਂ ਵਾਸਤੇ ਮੈਡਲ ਤਿਆਰ ਕੀਤੇ ਹੋਏ ਸੀ, ਟਰੋਫੀਆਂ ਤਿਆਰ ਕੀਤੀਆਂ ਹੋਈਆਂ ਸੀ, ਸਰਟੀਫਿਕੇਟ ਤਿਆਰ ਕੀਤੇ ਹੋਏ ਸੀ, ਬੱਚਿਆਂ ਦਾ ਬਹੁਤ ਫਨ ਹੋਇਆ, ਰਾਈਟ? ਅਤੇ ਸਭ ਤੋਂ ਵੱਡੀ ਗੱਲ ਮੇਰੇ ਵਾਸਤੇ ਇੱਦਾਂ ਭਾਅ ਜੀ, ਨਾ ਮੈਨੂੰ ਕੋਈ ਕਮੈਂਡੇਸ਼ਨ ਦੀ ਲੋੜ ਆ, ਨਾ ਮੈਨੂੰ ਕਿਸੇ ਅਵਾਰਡ ਦੀ ਲੋੜ ਆ, ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਵਾਲੀ ਗੱਲ ਇਹੀ ਸੀ ਕਿ ਮੈਨੂੰ ਹੱਗ ਕਰਕੇ ਗਏ, ਅਤੇ ਬੱਚੇ ਕਹਿੰਦੇ ਥੈਂਕ ਯੂ, ਕਿ ਅਸੀਂ ਕਦੇ ਸੋਚਿਆ ਨਹੀਂ ਕਿ ਸਾਨੂੰ ਇਸ ਤਰ੍ਹਾਂ ਦਾ ਮੌਕਾ ਮਿਲੂਗਾ। ਦੂਜੀ ਗੱਲ ਆ ਕਿ ਮੈਂ ਅਤੇ ਦੋ ਹੋਰ ਪੁਲਿਸ ਅਫਸਰ ਅਸੀਂ ਡੇ ਆਫ 'ਤੇ ਗਏ ਸੀ, ਸੋ ਕੋਈ ਸਾਡੇ ਵਾਸਤੇ ਕੋਈ ਓਵਰਟਾਈਮ ਨਹੀਂ ਸੀ, ਕੋਈ ਸਾਡੀ ਡਿਊਟੀ ਦਾ ਨਾਤਾ ਨਹੀਂ ਸੀ, ਇਟ ਵਾਜ਼ ਔਨ ਆਰ ਡੇਜ਼ ਆਫ, ਕਿਉਂਕਿ ਮੈਂ ਮੰਗਦਾ ਸੀ ਕਿ ਬੱਚਿਆਂ ਨੂੰ ਇਹੀ ਦਿਖਾਲਣਾ ਕਿ ਅਸੀਂ ਤੁਹਾਡੇ ਬਾਰੇ ਦਿਲੋਂ ਖਿਆਲ ਕਰਦੇ ਹਾਂ, ਰਾਈਟ? ਅਤੇ ਸੋ ਬਹੁਤ ਸਕਸੈਸਫੁਲ ਉਹ ਪ੍ਰੋਗਰਾਮ ਰਿਹਾ, ਅਤੇ ਤੁਸੀਂ ਦੇਖੀ ਜਾ, ਤੁਸੀਂ ਦੇਖੋ ਉਹ ਪ੍ਰੋਗਰਾਮ ਹਰੇਕ ਸਾਲ ਗਰੋ ਹੁੰਦਾ ਗਿਆ, ਰਾਈਟ? ਗਰੋ ਹੁੰਦਾ ਗਿਆ ਸੋ ਮਚ ਸੋ ਕਿ ਤਕਰੀਬਨ 8 ਸਾਲਾਂ ਦੇ ਵਿੱਚ ਉਹ ਪ੍ਰੋਗਰਾਮ ਜਿਹੜਾ ਛੋਟਾ ਜਿਹਾ ਅਸੀਂ ਸ਼ੁਰੂ ਕੀਤਾ ਸੀ ਸਟ੍ਰੈਥਕੋਨਾ ਦੇ ਪਾਰਕ ਦੇ ਵਿੱਚ 150 ਬੱਚੇ ਦੇ ਨਾਲ, ਅਤੇ ਇੱਕ ਸਮਾਂ ਉਹ ਆ ਗਿਆ ਕਿ ਪੂਰੇ ਦਾ ਪੂਰਾ BC ਪਲੇਸ ਰੈਂਟ ਕਰਕੇ ਉੱਥੇ ਤਕਰੀਬਨ 2000 ਬੱਚਾ ਪਹੁੰਚਿਆ ਹੋਇਆ ਸੀ, ਐਬਸੋਲੀ ਫ੍ਰੀ ਆਫ ਕਾਸਟ, ਰਾਈਟ? ਅਤੇ ਉਹੀ ਜਿਹੜਾ ਕੋਨਸੈਪਟ ਆ, ਕਹਿਣ ਦਾ ਮਤਲਬ ਹੈ ਕਿ ਅਸੀਂ ਬੱਚਿਆਂ ਵਾਸਤੇ ਇਸ ਤਰ੍ਹਾਂ ਦੇ ਫ੍ਰੀ ਪ੍ਰੋਗਰਾਮ ਤਿਆਰ ਕਰੀਏ, ਅਤੇ ਇਹਨਾਂ ਨੂੰ ਮੌਕਾ ਦੇਈਏ ਨਸ਼ਿਆਂ ਅਤੇ ਗੈਂਗਸ ਤੋਂ ਦੂਰ ਇਹਨਾਂ ਨੂੰ ਰੱਖਣ ਵਾਸਤੇ,
then that became the basis and foundation of Kids Play Foundation. What ails us as a community? ਹੁਣ ਤੁਹਾਨੂੰ ਬਹੁਤ ਸਮਾਂ ਹੋ ਗਿਆ ਕਮਿਊਨਿਟੀ ਦੇ ਵਿੱਚ ਵਿਚਰਦੇ ਹੋਏ, ਖਾਸ ਤੌਰ ਤੇ ਬੱਚਿਆਂ ਨਾਲ ਵੀ ਜਿਹੜਾ ਤੁਸੀਂ ਡੀਲ ਕਰ ਰਹੇ ਹੋ, ਉਹਨਾਂ ਨੂੰ ਸਹੀ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਸ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਅਜੇ ਵੀ ਗੋਲੀਆਂ ਚੱਲ ਰਹੀਆਂ ਨੇ, ਬੱਚੇ ਜਿਹੜੇ ਨੇ ਕਈ ਗਲਤ ਰਾਹਾਂ ਤੇ ਤੁਰ ਰਹੇ ਨੇ। ਜਿੰਨਾ ਵੱਡਾ ਐਫਰਟ ਤੁਸੀਂ ਪਾ ਸਕਦੇ ਹੋ ਤੁਸੀਂ ਪਾ ਰਹੇ ਹੋ, ਬਟ ਤੁਹਾਡੀ ਐਜ਼ ਅ ਕਮਿਊਨਿਟੀ ਮੈਂਬਰ ਕੀ ਅੰਡਰਸਟੈਂਡਿੰਗ ਹੈਗੀ ਹੈ ਕਿ ਕਿੱਥੇ ਅਸੀਂ ਲੈਕ ਕਰ ਰਹੇ ਹਾਂ, ਜਿੱਥੇ ਸਾਨੂੰ ਐਜ਼ ਪੇਰੈਂਟਸ, ਐਜ਼ ਫੈਮਿਲੀਜ਼, ਐਜ਼ ਕਮਿਊਨਿਟੀ, ਐਜ਼ ਸੋਸਾਇਟੀ ਕੁਝ ਕੰਮ ਕਰਨ ਦੀ ਲੋੜ ਹੈ? ਭਾਜੀ, ਦ ਪਰਫੈਕਟ ਆਂਸਰ ਟੂ ਦਿਸ ਇਜ਼, ਹੁਣ ਦੇਖੋ, ਮੈਂ ਹੁਣ ਜਦ ਇੱਕ ਦਿਨ ਦਾ ਟੂਰਨਾਮੈਂਟ ਸ਼ੁਰੂ ਕੀਤਾ ਸੀ, ਮੈਨੂੰ ਬਥੇਰੇ ਲੋਕਾਂ ਨੇ ਮੈਣੇ ਮਾਰੇ, ਕਹਿੰਦੇ ਆ ਕਿ ਤੂੰ ਕੀ ਸੋਚਦਾ ਹੈ ਕਿ ਇੱਕ ਇਵੈਂਟ ਦੇ ਨਾਲ, ਇੱਕ ਟੂਰਨਾਮੈਂਟ ਦੇ ਨਾਲ ਕੋਈ ਫਰਕ ਪੈ ਜਾਊ? ਰਾਈਟ, ਆਹ ਕੁਸ਼ਚਨ ਇਹਨਾਂ ਨੇ ਮੈਨੂੰ ਸੁਣਾਇਆ। ਮੈਨੂੰ ਇੱਕ ਸਟੋਰੀ ਯਾਦ ਆ ਗਈ, ਇੱਕ ਛੋਟਾ ਜਿਹਾ ਬੱਚਾ ਬੀਚ 'ਤੇ ਤੁਰਿਆ ਜਾਂਦਾ ਸੀ ਅਤੇ ਪਾਣੀ ਛੇਤੀ ਛੇਤੀ ਨਿਕਲ ਗਿਆ, ਤਾਂ ਕਰਕੇ ਹਜ਼ਾਰਾਂ ਲੱਖਾਂ ਮੱਛੀਆਂ ਉੱਥੇ ਤੜਫਦੀਆਂ ਅਤੇ ਮਰ ਰਹੀਆਂ ਆ ਬੀਚ ਦੇ ਕੰਢੇ, ਅਤੇ ਇੱਕ ਛੋਟਾ ਜਿਹਾ ਬੱਚਾ ਤੁਰਿਆ ਜਾਂਦਾ ਅਤੇ ਇੱਕ ਮੱਛੀ ਚੁੱਕ ਕੇ ਅਤੇ ਵਾਪਸ ਪਾ ਰਿਹਾ ਆ ਸਮੁੰਦਰ ਦੇ ਵਿੱਚ, ਅਤੇ ਦੂਜੇ ਪਾਸਿਓਂ ਇੱਕ ਸਿਆਣਾ ਤੁਰਿਆ ਉਹਦਾ ਆਇਆ, ਅਤੇ ਸਿਆਣੇ ਨੇ ਬੱਚੇ ਵੱਲ ਦੇਖ ਕੇ ਅਤੇ ਇਹੀ ਸੋਚਿਆ ਕਿ ਬੱਚਾ ਕਰ ਕੀ ਰਿਹਾ, ਰਾਈਟ ਰਾਈਟ, ਕਿ ਕਿੰਨਿਆਂ ਨੂੰ ਬਚਾ ਲਓ, ਕੀ ਫਰਕ ਪੈਂਦਾ, ਰਾਈਟ। ਅਤੇ ਜਦ ਬੱਚੇ ਕੋਲ ਪਹੁੰਚਿਆ, ਬੱਚੇ ਨੂੰ ਬਾਹੂ ਵੜ ਕੇ ਅਤੇ ਉਹਨੂੰ ਹਲੂਣਾ ਦਿੱਤਾ, ਅਤੇ ਬੱਚੇ ਨੂੰ ਇਹ ਸਵਾਲ ਪੁੱਛਿਆ ਕਿ ਆਪਣੇ ਆਲੇ ਦੁਆਲੇ ਦੇਖ, ਪਾਣੀ ਤਾਂ ਨਿਕਲ ਗਿਆ, ਰਾਈਟ, ਹਜ਼ਾਰਾਂ ਲੱਖਾਂ ਮੱਛੀਆਂ ਪੈ ਰਹੀਆਂ ਆ, ਤੂੰ ਇੱਕ ਇੱਕ ਚੁਣ ਕੇ ਅਤੇ ਵਾਪਸ ਪਾਣੀ ਦੇ ਵਿੱਚ ਪਾ ਰਿਹਾ ਆ, ਕੀ ਫਰਕ ਪੈ ਜਾਊ, ਕਿੰਨੇ ਅੱਖ ਨੂੰ ਬਚਾ ਲਓ? ਅਤੇ ਉਹ ਬੱਚੇ ਨੇ ਇੱਕ ਮੱਛੀ ਚੁੱਕ ਕੇ ਅਤੇ ਸਮੁੰਦਰ ਵਿੱਚ ਵਾਪਸ ਰੱਖੀ, ਅਤੇ ਫਿਰ ਉਹ ਸਿਆਣੇ ਨੂੰ ਪੁੱਛਦਾ, ਕਹਿੰਦਾ ਉਸ ਮੱਛੀ ਨੂੰ ਪੁੱਛ ਕੀ, ਬਿਲਕੁਲ ਕੀ ਫਰਕ, ਰਾਈਟ। ਸੋ ਇੱਦਾਂ ਆ ਭਾਅ ਜੀ, ਦੇਖੋ ਮੇਰੀ ਗੱਲ ਸੁਣ, ਅਸੀਂ ਜਿੱਦਾਂ ਹੁਣ ਤੁਸੀਂ ਕਹਿ ਕੇ ਹਟੇ ਸੀ, ਅਸੀਂ ਆਪਣਾ ਕੰਮ ਪੂਰਾ ਕਰੀ ਜਾਂਦੇ ਹਾਂ, ਪਰ ਸਭ ਤੋਂ ਵੱਡਾ ਦੁੱਖ ਮੈਨੂੰ ਇਸ ਗੱਲ ਦਾ ਕਿ ਜਿਹੜੇ ਕਮਿਊਨਿਟੀ ਵਿੱਚੋਂ ਉਹ ਬੰਦੇ ਹੈਗੇ ਆ ਜਿਹੜੇ ਕਹਿੰਦੇ ਆ ਕਿ ਮਾਪਿਆਂ ਦਾ ਕੋਈ ਕਸੂਰ ਨਹੀਂ, ਮਾਪਿਆਂ ਦਾ ਹੈਗਾ ਆ, ਰਾਈਟ, ਮੈਂ ਸ਼ਰੇਆਮ ਕਹਿ ਰਿਹਾ ਮਾਪਿਆਂ ਦਾ ਕਸੂਰ ਹੈਗਾ। ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ, ਐਬਸਫਰਡ ਦੇ ਵਿੱਚ ਕਿਡਨੈਪਿੰਗ ਕੇਸ ਹੋਇਆ ਜੀ, ਕਿਡਨੈਪਿੰਗ ਕੇਸ ਹੋਇਆ, ਉਹ ਅਤੇ ਦੋ ਜਿਹੜੇ ਹੋਰ ਮੁੰਡੇ ਸੀ ਉਹਦੇ ਨਾਲ, ਉਹ ਫੜ ਹੋ ਗਏ, ਫੜ ਹੋ ਗਏ ਅਤੇ ਕੋਰਟ ਕਚਹਿਰੀ ਵਿੱਚ ਪਹੁੰਚ ਕੇ ਟ੍ਰਾਇਲ ਦੇ ਬਾਅਦ ਉਹਨਾਂ ਨੂੰ ਗਿਲਟੀ ਸਾਬਤ ਕੀਤਾ ਗਿਆ। ਗਿਲਟੀ ਸਾਬਤ ਕੀਤਾ ਗਿਆ ਜਦ ਸੈਂਟੈਂਸਿੰਗ ਦੀ ਡੇਟ ਆਈ, ਅਤੇ ਸੈਂਟੈਂਸਿੰਗ ਦੇ ਵਿੱਚ ਜੱਜ ਮਾਪਿਆਂ ਨੂੰ ਬੁਲਾਉਂਦਾ ਹੁੰਦਾ ਕਿ ਤੁਸੀਂ ਆਓ, ਰਾਈਟ, ਅਤੇ ਸਾਨੂੰ ਦੱਸੋ ਕਿ ਕਿਉਂ ਤੁਹਾਡੇ ਬੱਚੇ ਨੂੰ ਇੰਨੀ ਸਖਤ ਸਜ਼ਾ ਕਿਉਂ ਨਹੀਂ ਦੇਣੀ ਚਾਹੀਦੀ, ਕਿਉਂ ਸਾਨੂੰ ਰੈਮ ਕਰਨਾ ਚਾਹੀਦਾ ਤੁਹਾਡੇ ਬੱਚੇ 'ਤੇ? ਅਤੇ ਮਾਂ ਆਈ, ਮੁੰਡੇ ਦੀ ਮਾਂ ਆਈ, ਅਤੇ ਮੁੰਡੇ ਦੀ ਮਾਂ ਨੂੰ ਇੰਗਲਿਸ਼ ਨਹੀਂ ਸੀ ਪਤਾ, ਅਤੇ ਮੁੰਡੇ ਨੇ, ਜੱਜ ਨੇ ਫਿਰ ਉਹ ਮਾਂ ਨੂੰ ਪੁੱਛਿਆ ਟ੍ਰਾਂਸਲੇਟਰ ਰਾਹੀਂ ਕਿ ਤੇਰਾ ਬੱਚੇ ਨੇ ਕਿਡਨੈਪਿੰਗ ਕੀਤੀ, ਉਹ ਵੀ ਗਨ ਲੈ ਕੇ ਦੋ ਹੋਰਾਂ ਦੇ ਨਾਲ, ਅਤੇ ਤੁਸੀਂ ਦੱਸੋ ਅੱਜ ਤੁਸੀਂ ਇੱਥੇ ਪਹੁੰਚੇ ਹੋਏ ਆ, ਇਸ ਬੱਚੇ ਨੂੰ ਕਿਉਂ ਨਹੀਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ? ਆ ਮਾਂ ਦਾ ਰਿਸਪੋਂਸ ਲਓ, ਇਹ ਰੈਕਰਡਸ ਕੋਰਟ ਡਾਕੂਮੈਂਟਸ ਰੈਕਰਡਸ ਵਿੱਚ ਲਿਖਿਆ ਗਿਆ, ਟ੍ਰਾਂਸਕ੍ਰਾਈਬ ਕੀਤਾ ਗਿਆ, ਮਾਂ ਦਾ ਰਿਸਪੋਂਸ ਆਇਆ, ਮੁੰਡੇ ਤਾਂ ਮੁੰਡੇ ਹੁੰਦੇ ਆ। ਓ ਗਾਡ, ਟ੍ਰਾਂਸਲੇਟਰ ਨੇ ਤੇ ਫਿਰ ਜਦ ਇਹ ਗੱਲ ਜੱਜ ਨੂੰ ਸਮਝਾਈ ਕਿ ਬੋਇਜ਼ ਵਿਲ ਬੀ ਬੋਇਜ਼, ਜੱਜ ਨੇ ਸਭ ਤੋਂ ਸਖਤ ਸਜ਼ਾ ਉਸ ਬੱਚੇ ਨੂੰ ਦਿੱਤੀ, ਅਤੇ ਫਿਰ ਮਾਂ ਵੱਲ ਨੂੰ ਇਸ਼ਾਰਾ ਕਰਕੇ ਕਿਹਾ ਕਿ ਤੇਰੇ ਕਰਕੇ, ਬਿਕੋਜ਼ ਇਸ ਐਟੀਟਿਊਡ ਕਰਕੇ ਇਹ ਬੱਚਾ ਅੱਜ ਮੇਰੇ ਕੋਰਟ ਵਿੱਚ ਪਹੁੰਚਿਆ ਹੈ। ਐਬਸੋਲੂਟਲੀ, ਜਿਹੜੀ ਤੁਸੀਂ ਕਹਿ ਗੱਲ ਕਰ ਰਹੇ ਹੋ ਕਿ ਸਾਨੂੰ ਐਜ਼ ਅ ਕਮਿਊਨਿਟੀ, ਐਜ਼ ਪੇਰੈਂਟਸ, ਸਾਨੂੰ ਜ਼ਰੂਰ ਆਪਣਾ ਜੋ ਯੋਗਦਾਨ ਹੋਣਾ ਚਾਹੀਦਾ ਉਸ ਪ੍ਰਤੀ ਸੁਹਿਰਤਾ ਲਿਆਉਣੀ ਪਏਗੀ। ਆਫਕੋਰਸ ਇੰਸਟੀਟਿਊਸ਼ਨਸ ਲਾਈਕ ਯੂਅਰਸ ਡੂਇੰਗ ਅ ਕਮੈਂਡੇਬਲ ਜੋਬ, ਜਿਹਨਾਂ ਤੁਸੀਂ ਚੇਂਜ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਸੇ ਦੇ ਤਹਿਤ ਹਰ ਸਾਲ ਤੁਸੀਂ ਜਿਹੜੇ ਪ੍ਰੋਗਰਾਮਸ ਕਰਦੇ ਹੋ, ਇਸ ਬਾਰੇ ਜਾਣਕਾਰੀ ਲੈਣੇ ਇਸ ਬ੍ਰੇਕ ਤੋਂ ਬਾਅਦ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ, ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ। ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਕੈਲ ਦੁਸਾਂਝ ਨਾਲ ਗੱਲਬਾਤ ਕਰ ਰਹੇ ਹਾਂ। ਕਿਡਜ਼ ਪਲੇ ਦੇ ਬਾਣੀ ਨੇ, ਕਿਡਜ਼ ਪਲੇ ਵੱਲੋਂ ਬਹੁਤ ਸਾਰੇ ਪ੍ਰੋਗਰਾਮਸ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਤਹਿਤ ਤੁਸੀਂ ਵੀ ਇਸ ਦਾ ਹਿੱਸਾ ਬਣ ਸਕਦੇ ਹੋ। ਅੱਜ ਅਸੀਂ ਚੇਂਜ ਚਾਹੁੰਦੇ ਹਾਂ। ਕਿਸੇ ਵੀ ਫੀਲਡ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਿੱਥੇ ਸਾਨੂੰ ਕਮੀ ਨਜ਼ਰ ਆਉਂਦੀ, ਅਸੀਂ ਕਿੰਤੂ ਪਰੰਤੂ ਕਰਦੇ ਹਾਂ, ਬਟ ਵੈਨ ਇਟ ਕਮਸ ਟੂ ਸੋਲਵ ਦੈਟ, ਕਿੰਨਾ ਕੁ ਅਸੀਂ ਇਨੀਸ਼ੀਏਟਿਵ ਲੈਂਦੇ ਹਾਂ ਉਸ ਦੇ ਅੱਗੇ ਆ ਕੇ ਕੁਝ ਕਰਨ ਲਈ। ਇਸੀ ਦੇ ਤਹਿਤ ਕਿਡਜ਼ ਪਲੇ ਦੀ ਜੋ ਇਹਨਾਂ ਨੇ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ ਹੋਂਦ ਵਿੱਚ ਆਇਆ ਅਤੇ ਕੀ ਕੁਝ ਕੀਤਾ ਗਿਆ ਇਸ ਵਿੱਚ, ਅਗੇਨ ਕਮੀਆਂ ਹਮੇਸ਼ਾ ਹੀ ਹਰ ਚੀਜ਼ ਰਹਿ ਜਾਂਦੀਆਂ ਨੇ, ਪਰ ਅਸੀਂ ਆਪਣਾ ਕੀ ਯੋਗਦਾਨ ਪਾ ਕੇ ਉਹ ਚੇਂਜ ਲਿਆਈਏ, ਇੱਥੇ ਸਾਨੂੰ ਇਸ ਤਵੱਜੋ ਦੇਣ ਦੀ ਲੋੜ ਹੈ, ਕਿਉਂਕਿ ਆਲਰੇਡੀ ਪਾਣੀ ਜਿਹੜਾ ਸਿਰੋਂ ਲੰਘ ਚੁੱਕਿਆ ਹੈਗਾ। ਅਸੀਂ ਚੇਂਜ ਦੇ ਬਾਰੇ ਗੱਲ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਲੇਕਿਨ ਜਦੋਂ ਆਪਣੇ ਤੇ ਸਿਰ 'ਤੇ ਗੱਲ ਪੈਂਦੀ ਹੈ ਤਾਂ ਅਸੀਂ ਛੱਡ ਦਿੰਦੇ ਹਾਂ ਉਸਨੂੰ, ਤਾਂ ਕਹਿੰਦੇ ਹਾਂ ਕੋਈ ਹੋਰ ਕਰ ਦੇਗਾ। ਕੀ ਇਹ ਪੋਸੀਬਲ ਹੈ? ਆਓ, ਕਿਡਜ਼ ਪਲੇ ਵੱਲੋਂ ਜਿਹੜੇ ਹੁਣ ਪ੍ਰੋਗਰਾਮਸ ਕੀਤੇ ਜਾ ਰਹੇ ਨੇ ਜਿਸ ਵਿੱਚ ਤੁਸੀਂ ਵੀ ਉਸਦਾ ਹਿੱਸਾ ਬਣ ਸਕਦੇ ਹੋ ਅਤੇ ਇਸਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ, ਇਸ ਬਾਰੇ ਕੁਝ ਚਰਚਾ ਕਰਦੇ ਹਾਂ ਕੈਲ ਦੁਸਾਂਝ ਨਾਲ। ਸੋ ਕੈਲ, ਪ੍ਰੋਗਰਾਮਸ ਬਹੁਤ ਸਾਰੇ ਉਲੀਕੇ ਜਾਂਦੇ ਨੇ,
ਗੈਂਗਸ ਦੇ ਬਾਰੇ ਕਈ ਵਾਰੀ ਕੋਈ ਹੋਰ ਪ੍ਰੋਗਰਾਮ ਕੀਤਾ ਜਾਂਦਾ ਹੈ, ਬਟ ਸਪੋਰਟਸ ਦੇ ਰਾਹੀਂ ਅਤੇ ਖਾਸ ਤੌਰ 'ਤੇ ਜਿਹੜਾ ਤੁਸੀਂ ਇਹ ਇਵੈਂਟ ਹਰ ਸਾਲ ਕਰਦੇ ਹੋ ਵੱਡੇ ਲੈਵਲ 'ਤੇ ਬੀ ਸੀ ਪਲੇਸ ਦੇ ਵਿੱਚ, ਇਹ ਹੁਣ ਇਸ ਸਾਲ ਜੂਨ ਮੇ 28 ਨੂੰ ਹੋਣ ਜਾ ਰਿਹਾ ਹੈ, ਉਹਦੇ ਮੁਤਾਬਕ ਦੱਸੋ ਕਿ ਇਹ ਪ੍ਰੋਗਰਾਮਸ ਨਿਰੰਤਰ ਜਿਹੜੇ ਤੁਸੀਂ ਸੋਚਦੇ ਹੋ, ਜਿਹੜੀ ਇਨਪੁੱਟ ਤੁਹਾਨੂੰ ਆਉਂਦੀ ਹੈ ਕਮਿਊਨਿਟੀ 'ਚੋਂ, ਉਸ ਤੋਂ ਬਾਅਦ ਤੁਸੀਂ ਉਸਨੂੰ ਡਿਸਕਸ਼ਨ ਤੋਂ ਬਾਅਦ ਉਹਨਾਂ ਨੂੰ ਹੋਂਦ ਵਿੱਚ ਲਿਆਉਂਦੇ ਹੋ, ਕਿਹੜੇ ਕਿਹੜੇ ਮੇਜਰ ਪ੍ਰੋਗਰਾਮ ਇਸ ਸਮੇਂ ਚੱਲ ਰਹੇ ਨੇ? ਭਾਅ ਜੀ ਤੁਸੀਂ ਦੇਖੋ, ਮੈਂ ਸੀ ਆਮ ਵੈਰੀ ਐਕਸਾਈਟਡ ਅਬਾਊਟ ਦ ਪ੍ਰੋਗਰਾਮਸ ਆਵਰ ਇੰਟਰੋਡਿਊਸਿੰਗ। ਤੁਸੀਂ ਹੁਣ ਦੇਖ ਲਓ, ਸਤਨਾਮ ਸਿੰਘ ਜਿਹੜਾ ਪਹਿਲਾ NBA ਬਾਸਕਟਬਾਲ ਪਲੇਅਰ ਆ ਜੀ, ਸਾਰੀ ਦੁਨੀਆ ਦੇ ਵਿੱਚ ਉਹਦਾ ਨਾਂ ਆ, ਅਤੇ ਉਹ ਸਾਡੇ ਨਾਲ ਜੁੜ ਗਿਆ। ਉਹਨੇ ਪਿਛਲੇ ਸਾਲ ਪਹਿਲੀ ਵਾਰੀ ਸਾਡੇ ਨਾਲ ਇੱਕ ਬਾਸਕਟਬਾਲ ਕੈਂਪ ਚਲਾਇਆ। ਅਤੇ ਦੂਜਾ ਪ੍ਰੋਗਰਾਮ ਜਿਹੜਾ ਮੈਂ ਪਰਸਨਲੀ ਕਾਫੀ ਪ੍ਰਾਊਡ ਰੱਖਦਾ ਹਾਂ ਉਹਦੇ ਬਾਰੇ, ਇਹ ਹੈਗਾ ਆ ਸਾਡਾ ਯੂਥ ਕਬੱਡੀ ਪ੍ਰੋਗਰਾਮ। ਇੱਦਾਂ ਕਿ ਹੁਣ ਮੈਂ ਛੋਟੇ ਹੁੰਦੇ ਗੇਮ ਹੀ ਖੇਡਦਾ ਹੁੰਦਾ ਸੀ, ਮੇਰੇ ਫੈਮਿਲੀ ਨੇ ਵੀ ਖੇਲੀ ਹੋਈ ਹੈ, ਮੇਰੇ ਮਾਮਾ ਜੀ, ਅਤੇ ਬੜਾ ਸ਼ੌਂਕ ਹੁੰਦਾ ਸੀ ਖੇਡਣ ਦਾ। ਪਰ ਮੈਂ ਦੇਖਿਆ ਕਿ ਲੇਟਲੀ ਕਿ ਜਿਹੜੀ ਗੇਮ ਆ ਕਿ ਉਹਦੇ ਵਾਲੇ ਨੈਗੇਟਿਵ ਲੇਬਲਾਂ ਉਹਨਾਂ ਨੂੰ ਲੱਗ ਗਈਆਂ, ਨੈਗੇਟਿਵ ਕਨੋਟੇਸ਼ਨਸ ਕਿ ਉੱਥੇ ਲੜਾਈ ਝਗੜੇ ਹੁੰਦੇ ਆ, ਰਾਈਟ, ਅਤੇ ਉੱਥੇ ਕਾਫੀ ਫਾਈਟਿੰਗ ਹੁੰਦੀ ਆ, ਰਾਈਟ, ਸ਼ਰਾਬਾਂ ਚੱਲਦੀਆਂ ਆ। ਸੋ ਕੋਈ ਜਿਹੜਾ ਸਿਆਣਾ ਮਾਪਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਅਤੇ ਉਹ ਤਾਂ ਇਹੀ ਕਹਿੰਦਾ ਕਿ ਮੈਂ ਨਹੀਂ ਮੰਗਦਾ ਕਿ ਮੇਰਾ ਬੱਚਾ ਜਾਵੇ ਉੱਥੇ ਅਤੇ ਗੇਮ ਖੇਡੇ। ਪਰ ਗੇਮ ਜਿਹੜੀ ਆ, ਗੇਮ ਪਵਿੱਤਰ ਆ, ਗੇਮ, ਨਥਿੰਗ ਰੋਂਗ ਵਿਦ ਗੇਮ, ਅਤੇ ਆਪਣੀ ਮਾਂ ਖੇਡਿਆ, ਰਾਈਟ, ਛੋਟੇ ਹੁੰਦੇ ਆ ਸਾਰੇ ਖੇਡਦੇ ਰਹੇ ਸੀ। ਸੋ ਮੈਂ ਇਹੀ ਸੋਚਿਆ ਕਿ ਕਿਉਂ ਨਾ ਹੋਵੇ ਕਿ ਜਿਹੜੇ ਇੱਥੇ ਦੇ ਜੰਮ ਪਲ ਬੱਚੇ ਆ, ਇੱਕ ਤਾਂ ਉਹਨਾਂ ਨੂੰ ਇਹ ਮੌਕਾ ਦਿੱਤਾ ਜਾਵੇ ਇੱਕ ਸਾਫ਼ ਸੁਥਰੀ ਇਨਵਾਇਰਮੈਂਟ ਦੇ ਵਿੱਚ ਗੇਮ ਖੇਡਣ ਲਈ। ਦੂਜੀ ਗੱਲ ਇਹ ਕਿ ਇਹਨਾਂ ਨੂੰ ਆਪਣੇ ਕਲਚਰ ਦਾ ਪਤਾ ਲੱਗੇ, ਆਪਣੇ ਹੈਰੀਟੇਜ ਦਾ ਪਤਾ ਲੱਗੇ, ਆਪਣੇ ਰੂਟਸ ਦਾ ਪਤਾ ਲੱਗੇ। ਸੋ ਅਸੀਂ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਨੌਰਥ ਅਮਰੀਕਾ ਦੇ ਵਿੱਚ ਅਸੀਂ ਇਹ ਯੂਥ ਕਬੱਡੀ ਲੀਗ ਤਿਆਰ ਕੀਤੀ, ਜਿਹੜਾ ਅਸੀਂ ਪਹਿਲਾ ਟੂਰਨਾਮੈਂਟ ਕਰਾਇਆ ਪਿਛਲੇ ਸਾਲ। ਉੱਥੇ ਤਕਰੀਬਨ 12 ਟੀਮਾਂ ਪਹੁੰਚੀਆਂ ਹੋਈਆਂ ਸੀ, ਬਹੁਤ ਸੋਹਣਾ ਪ੍ਰੋਗਰਾਮ ਆਇਆ ਰਿਹਾ। ਅਤੇ ਦੂਜੀ ਗੱਲ ਇਹ ਦੇਖੋ, ਨਾ ਉੱਥੇ ਸ਼ਰਾਬਾਂ ਚੱਲੀਆਂ, ਨਾ ਉੱਥੇ ਡਰੱਗ ਚੱਲੇ, ਅਤੇ ਉੱਥੇ ਪੂਰੀਆਂ ਦੀ ਪੂਰੀਆਂ ਫੈਮਲੀਆਂ ਪਹੁੰਚੀਆਂ ਹੋਈਆਂ ਸੀ, ਬੱਚੇ, ਬਜ਼ੁਰਗ, ਸਾਰੇ, ਰਾਈਟ, ਆਪਣੇ ਬੱਚਿਆਂ ਨੂੰ ਦੇਖਣ ਵਾਸਤੇ। ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦੇ ਵਿੱਚੋਂ 12 ਨਿਆਣੇ ਚੁਣ ਕੇ ਅਸੀਂ ਫਿਰ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਵਰਲਡ ਕੱਪ ਕਬੱਡੀ ਨੂੰ ਭੇਜੇ ਅਸੀਂ ਟੋਰਾਂਟੋ। ਆਲ ਐਕਸਪੈਂਸਿਸ ਪੇਡ, ਕੋਈ ਇਹਨਾਂ ਦਾ ਕੋਈ ਖਰਚਾ ਨਹੀਂ, ਕਿਉਂਕਿ ਅਸੀਂ ਨਹੀਂ ਮੰਗਦੇ ਕਿ ਕਿਸੇ ਮਾਪੇ ਉੱਤੇ ਕੋਈ ਪੈਸਿਆਂ ਦੀ ਬੰਦਿਸ਼ ਹੋਵੇ, ਜਿਸ ਕਰਕੇ ਬੱਚੇ ਨੂੰ ਡਿਪਰਾਈਵ ਕੀਤਾ ਜਾਵੇ ਇਸ ਓਪਰਚੁਨਿਟੀ ਤੋਂ। ਸੋ ਅਸੀਂ ਇਹ 12 ਬੱਚੇ ਚੁਣ ਕੇ ਅਤੇ ਉਹਨਾਂ ਨੂੰ ਅਸੀਂ ਉੱਥੇ ਫਲਾਈ ਓਵਰ ਕੀਤਾ ਟੋਰਾਂਟੋ ਨੂੰ, ਉੱਥੇ ਖੇਲੇ ਵਰਲਡ ਕੱਪ ਦੇ ਵਿੱਚ ਇੱਕ ਵੱਡੇ ਕਰਾਊਡ ਦੇ ਸਾਹਮਣੇ, ਅਤੇ ਉਹਨਾਂ ਦੇ ਰਹਿਣ ਪੀਣ ਖਾਣ ਦਾ ਸਾਰਾ ਅਸੀਂ ਬੰਦੋਬਸਤ ਕੀਤਾ, ਅਤੇ ਉਹ ਬੱਚੇ ਵਾਪਸ ਆ ਕੇ, ਅਤੇ ਜਿਹੜੇ ਉਹਨਾਂ ਵਿੱਚ ਬੱਚੇ ਹੈਗੇ ਸੀ ਜਿਹੜੇ ਥੋੜ੍ਹੇ ਬਹੁਤ ਇੱਧਰ ਕੰਮਾਂ ਦੇ ਵਿੱਚ ਪਏ ਹੋਏ ਸੀ ਜਾਂ ਮਾੜੀ ਸੰਗਤ ਸੀ, ਸਾਰਾ ਕੁਛ ਛੱਡ ਗਏ, ਅਤੇ ਹੁਣ ਸਹੀ ਲਾਈਨ 'ਤੇ ਪੈ ਗਏ, ਅਤੇ ਕਾਫੀ ਐਕਸਾਈਟਮੈਂਟ ਆ ਕਿ ਕਹਿੰਦੇ ਅਸੀਂ ਦੁਬਾਰਾ ਵੀ ਖੇਡਣਾ ਚਾਹੁੰਦੇ ਹਾਂ। ਅਤੇ ਦੂਜੀ ਇਹ ਗੱਲ ਆ ਕਿ ਜਿਹੜੇ ਕਬੱਡੀ ਟੂਰਨਾਮੈਂਟ ਅਸੀਂ ਕੀਤਾ ਸੀ ਉੱਥੇ ਸਿਰਫ ਆਪਣੇ ਬੱਚੇ ਨਹੀਂ ਸੀ, ਕਾਲੇ, ਚੀਨੇ, ਗੋਰੇ, ਸਾਰੀ ਕਮਿਊਨਿਟੀ, ਰਾਈਟ, ਕਿ ਅੰਡਰਸਟੈਂਡ ਕਰ ਸਕਦੀ ਸੀ ਕਿ ਆਪਣਾ ਕਲਚਰ ਕੀ ਆ, ਅਤੇ ਉਹਨਾਂ ਨੂੰ ਮੌਕਾ ਮਿਲਦਾ ਸੀ ਹਿੱਸਾ ਵਿੱਚ ਲੈਣ ਲਈ। ਪਰ ਆ ਜਿਹੜਾ ਬੀ ਸੀ ਪਲੇਸ ਦਾ ਟੂਰਨਾਮੈਂਟ ਆ ਭਾਅ ਜੀ, ਦੇਖੋ ਇਹ ਤਾਂ ਦੈਟਸ ਆਰ ਫਲੈਗਸ਼ਿਪ ਇਵੈਂਟ, ਰਾਈਟ, ਅਤੇ ਇਹਦੇ ਇਹੀ ਸੀਡ ਆ ਜਿਹੜਾ ਅਸੀਂ ਪਹਿਲਾਂ ਪਲੈਂਟ ਕੀਤਾ ਸੀ, ਜਿਸ ਕਰਕੇ ਅੱਜ ਕਿਡਸ ਪਲੇ ਬਣੇ ਹਨ, ਰਾਈਟ। ਅਤੇ ਹੁਣੇ May 28 ਨੂੰ ਅਸੀਂ ਫੇਕ ਆਨ ਚੱਲੇ ਹਾਂ, ਤਕਰੀਬਨ ਅਸੀਂ 1500 ਤੋਂ 2000 ਬੱਚੇ ਦੀ ਉਮੀਦ ਉੱਥੇ ਰੱਖਦੇ ਹਾਂ। ਸਾਰੇ ਜਿਹੜੇ ਵੈਨਕੂਵਰ ਈਸਟ ਸਾਈਡ ਸਕੂਲ ਆ ਉਹ ਪਾਰਟੀਸਪੇਟ ਕਰ ਰਹੇ ਆ, ਰਾਈਟ। ਅਤੇ ਉੱਧਰ ਨੂੰ ਅਸੀਂ ਸਕਾਲਰਸ਼ਿਪਾਂ ਵੀ ਕੱਢਣੀਆਂ ਆ। ਪਰ ਦੋ ਗੱਲਾਂ ਆ, ਇੱਕ ਤਾਂ ਅਸੀਂ ਜਿਹੜੇ ਬੱਚੇ ਜਿਹਨਾਂ ਨੂੰ ਇਹ ਮੌਕਾ ਨਹੀਂ ਕਦੇ ਮਿਲਦਾ ਹੁੰਦਾ, ਅਸੀਂ ਇਹ ਮੌਕਾ ਦੇ ਰਹੇ ਹਾਂ, ਠੀਕ ਹੈ। ਪਰ ਸਭ ਤੋਂ ਦੂਜੀ ਵੱਡੀ ਗੱਲ ਇਹ ਆ ਕਿ ਅਸੀਂ ਕਮਿਊਨਿਟੀ ਦੇ ਵਿੱਚ ਲੀਡਰ ਵੀ ਪੈਦਾ ਕਰਨਾ ਮੰਗਦੇ ਹਾਂ। ਸੋ ਜਿਹੜੇ ਸਾਡੇ ਵਾਲੰਟੀਅਰ ਹੋਦੇ ਆ, ਤਕਰੀਬਨ 300-400 ਉੱਥੇ ਵਾਲੰਟੀਅਰ ਪਹੁੰਚਿਆ ਹੁੰਦਾ ਹੈ, ਬਿਕਾਜ਼ ਇਟਸ ਅ ਬਿਗ ਇਵੈਂਟ। ਅਤੇ ਤੁਸੀਂ ਦੇਖ ਲਓ, ਪਿਛਲੇ ਹਫ਼ਤੇ ਸਰੀ ਬੋਰਡ ਆਫ ਟ੍ਰੇਡ ਨੇ ਸਾਡੇ ਦੋ ਵਾਲੰਟੀਅਰ ਨੂੰ ਰੈਕਨਾਈਜ਼ ਕੀਤਾ ਵਿਦ ਦ ਟੌਪ 25 under 25। ਅਤੇ ਅਸੀਂ ਮੰਗਦੇ ਹਾਂ ਕਿ ਇੱਧਰੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਕਿ ਜਿਹੜੇ ਅਸੀਂ ਫਿਊਚਰ ਦੇ ਵਿੱਚ ਲੀਡਰ ਕ੍ਰੀਏਟ ਕਰ ਸਕਦੇ ਹਾਂ, ਕਿਉਂਕਿ ਜਿਹੜੀ ਅਸਲੀ ਚੇਂਜ ਆਉਣੀ ਇਹ ਬੱਚਿਆਂ ਕੋਲੋਂ ਹੀ ਆਉਣੀ ਹੈ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਬੱਚਿਆਂ ਨੂੰ ਹੀ ਜੇਕਰ ਸਹੀ ਰਸਤਾ ਮਿਲੇਗਾ, ਸਹੀ ਡਾਇਰੈਕਸ਼ਨ ਮਿਲੇਗੀ, ਤਾਂ ਡੈਫੀਨੇਟਲੀ ਦੇ ਵਿਲ ਬੀ ਦ ਫਿਊਚਰ ਲੀਡਰਸ ਐਂਡ ਰਾਈਟ ਲੀਡਰਸ ਵਿਦ ਰਾਈਟ ਥਿੰਕਿੰਗ, ਜਿਹਦੇ ਨਾਲ ਕਿ ਜੋ ਕਮਿਊਨਿਟੀ ਨੀਡ, ਜੋ ਸੋਸਾਇਟੀ ਨੀਡਸ ਨੇ, ਉਹਨਾਂ ਨੂੰ ਫੁਲਫਿਲ ਕਰ ਸਕਣਗੇ। ਸੋ ਇਹ ਜਿਹੜਾ ਇਵੈਂਟ ਹੁਣ May 28 ਨੂੰ ਹੋ ਰਿਹਾ, ਕਿੰਨੇ ਵਜੇ ਹੋਏਗਾ, ਅਤੇ ਇਸ ਦੇ ਵਿੱਚ ਤੁਹਾਡੀਆਂ ਟੀਮਸ ਜਿਹੜੀਆਂ ਜਾ ਰਹੀਆਂ ਨੇ, ਜੇਕਰ ਕੋਈ ਪੇਰੈਂਟਸ ਆਪਣੇ ਬੱਚਿਆਂ ਨੂੰ ਉੱਥੇ ਲਿਆਉਣਾ ਚਾਹੁੰਦੇ ਤਾਂ ਕੀ ਉਹਦਾ ਪ੍ਰੋਸੈਸ ਹੈਗਾ? ਸੋ ਭਾਅ ਜੀ ਇੱਦਾਂ ਹੈ ਕਿ ਅਸੀਂ 8:30 ਕੋਲੋਂ 9:30 ਤੱਕ ਅਸੀਂ ਸਾਰਾ ਕੁਝ ਸੈਟਅਪ ਕਰਨਾ ਹੈ, ਰਾਈਟ। ਅਤੇ ਉੱਥੇ ਜੇ ਤੁਸੀਂ ਵਾਲੰਟੀਅਰ ਕਰਨਾ ਚਾਹੁੰਦੇ ਹਾਂ, ਉੱਧਰ ਨੂੰ ਸਰੀ ਦੇ ਵਿੱਚ ਪ੍ਰੋ-ਡੀ-ਡੇ ਆ, ਓਕੇ। ਸੋ ਜਿਹੜੇ ਬੱਚੇ ਹਾਈ ਸਕੂਲ ਦੇ ਵਿੱਚ ਪੜ੍ਹਦੇ ਆ, ਅਤੇ ਦੇ ਕੈਨ ਬੀ ਆਫ ਫਰੋਮ ਹਾਈ ਸਕੂਲ, KL Elementary ਸਕੂਲ ਵੀ ਆਫ ਆ, ਅਤੇ ਅਸੀਂ ਉਹ ਬੱਚਿਆਂ ਨੂੰ ਸਟਰੋਂਗਲੀ ਇਨਕਰੇਜ ਕਰਦੇ ਹਾਂ ਕਿ ਤੁਸੀਂ ਆਓ, ਤੁਹਾਨੂੰ ਵਾਲੰਟੀਅਰ ਕਰਨ ਦਾ ਮੌਕਾ ਦਿੱਤਾ ਜਾਊਗਾ। ਉਹਦੇ ਉੱਤੇ ਅਸੀਂ 10 ਘੰਟੇ ਵੀ ਦਿੰਦੇ ਹਾਂ ਵਾਲੰਟੀਅਰ ਦੇ, ਓਕੇ। ਅਤੇ ਜਿਹੜੇ ਅਸੀਂ ਤੁਹਾਨੂੰ ਸਰਟੀਫਿਕੇਟ ਵੀ ਦਿਉਂਗੇ ਅਤੇ ਲੈਟਰ ਵੀ ਦਿਉਂਗੇ ਜੀ। ਅਤੇ ਉੱਥੇ ਆ ਕੇ ਤੁਸੀਂ ਆਓ ਅਤੇ ਵਾਲੰਟੀਅਰ ਕਰੋ, ਅਤੇ ਅਸੀਂ ਮਾਪਿਆਂ ਨੂੰ ਵੀ ਸਟਰੋਂਗਲੀ ਇਨਕਰੇਜ ਕਰਦੇ, ਤੁਸੀਂ ਆਪਣੇ ਬੱਚੇ ਉੱਥੇ ਲੈ ਕੇ ਆਓ। 10 ਵਜੇ ਇਵੈਂਟ ਸ਼ੁਰੂ ਹੋ ਜਾਣਾ ਹੈ, ਰਾਈਟ। ਇਹ ਇਵੈਂਟ ਤਕਰੀਬਨ 3 ਵਜੇ ਤੱਕ ਚੱਲਣਾ ਹੈ, ਉਸ ਤੋਂ ਬਾਅਦ ਦੈਨ ਇਟਸ ਟੇਕ ਡਾਊਨ, ਰਾਈਟ। ਅਤੇ ਸਾਰਾ
604-619-1064. Wonderful. Cal, always it's a pleasure talking to you. Congratulations for taking this initiative and carrying it on, because the small baby is growing into a wonderful tree, and ਉਹਦੇ ਵਿੱਚ ਲੋਕਾਂ ਦੇ ਜਿਹੜੀ ਸਹਾਇਤਾ ਮਿਲ ਰਹੀ ਹੈ ਤੁਹਾਨੂੰ, ਫਾਈਨੈਂਸ਼ਲੀ ਵੀ, ਇਮੋਸ਼ਨਲੀ ਵੀ, ਲੋਕ ਆ ਕੇ ਫਿਜ਼ੀਕਲੀ ਵੀ ਮਦਦ ਕਰ ਰਹੇ ਨੇ, ਅਤੇ ਸਾਨੂੰ ਪੂਰੀ ਆਸ ਹੈ ਕਿ ਛੋਟਾ ਕਦਮ ਜਦੋਂ ਲਿਆ ਜਾਂਦਾ ਸਹੀ ਇੰਟੈਂਸ਼ਨ ਨਾਲ, ਉਸਦਾ ਰਿਜ਼ਲਟ ਚੰਗਾ ਹੀ ਹੁੰਦਾ, ਜੋ ਸਾਡੇ ਸਾਹਮਣੇ ਆ ਰਿਹਾ ਹੈ ਬਾਹਰ ਵੱਲ, ਜਿੱਥੇ ਕੁਝ ਕਮੀਆਂ ਨੇ ਉੱਥੇ ਸਾਰੇ ਰਲ ਮਿਲ ਕੇ ਉਸਨੂੰ ਅਸੀਂ ਚੇਂਜ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ, ਅਤੇ ਸਾਨੂੰ ਪੂਰੀ ਆਸ ਹੈ ਕਿ ਮੇ 28 ਨੂੰ ਵੱਧ ਚੜ ਕੇ ਲੋਕ ਉੱਥੇ ਆਉਣਗੇ ਅਤੇ ਇਸਨੂੰ ਕਾਮਯਾਬ ਬਣਾਉਣਗੇ। ਥੈਂਕ ਯੂ ਐਂਡ ਬੈਸਟ ਵਿਸ਼ਸ। ਭਾਅ ਜੀ, ਥੈਂਕ ਯੂ ਸੋ ਮਚ, ਯੂ ਆਰ ਟਰੂਲੀ ਐਨ ਇਨਸਪੀਰੇਸ਼ਨ, ਸੋ ਥੈਂਕ ਯੂ। ਥੈਂਕ ਯੂ, ਅਪਰੀਸ਼ੀਏਟ ਇਟ।